ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਦੇ ਵੱਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸ ਮੌਕੇ ਹਰੀ ਸਿੰਘ ਵੱਲੋਂ ਘਰ ਘਰ ਜਾ ਕੇ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ। ਦੂਜੇ ਪਾਸੇ ਉਹਨਾਂ ਦੀ ਪਤਨੀ ਵੱਲੋਂ ਵੀ ਇਸਤਰੀ ਅਕਾਲੀ ਦਲ ਦੇ ਨਾਲ ਮਿਲ ਕੇ ਸ਼ਹਿਰ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੀ ਹੈ। ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਸੇਵਾ ਦਾ ਮੌਕਾ, ਅਸੀਂ ਮਨੋ ਤਨੋ ਲਾ ਕੇ ਸਾਰੀ ਪਬਲਿਕ ਦੀ ਸੇਵਾ ਕਰਾਂਗੇ ਜਾਣਗੇ। ਜਿਹੜੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਅਸੀਂ ਕਿਵੇਂ ਬਾਹਰਲੇ ਕੈਂਡੀਡੇਟ ਹਾਂ, ਮੇਰਾ ਇੱਥੋਂ ਘਰ 15 ਕਿਲੋਮੀਟਰ 'ਤੇ ਆ, 10 ਕਿਲੋਮੀਟਰ ਤੋਂ ਬਾਅਦ ਧੂਰੀ ਹਲਕਾ ਸ਼ੁਰੂ ਹੋ ਜਾਂਦਾ। ਮੈਂ ਇੱਥੇ ਆਪਣਾ ਘਰ ਹੈ ਸਾਡਾ, ਸਭ ਕੁਝ ਹੈ ਇੱਥੇ, ਰਿਸ਼ਤੇਦਾਰ ਹਨ ਸਭ, ਮੈਂ ਇੱਥੇ ਦਾ ਹੀ ਰਹਿਣ ਵਾਲਾ, ਪੂਰਾ ਦਫ਼ਤਰ 'ਤੇ ਪਰਮਾਨੈਂਟ ਰਹੇਗਾ, ਪੂਰਾ ਸਟਾਫ ਰਹੇਗਾ, ਸਾਡਾ ਘਰ ਰਹੇਗਾ ਇੱਥੇ। ਲੋਕਾਂ ਨਾਲ ਕਿਸ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹੋ ਤੁਸੀਂ? ਲੋਕਾਂ ਜਿਹੜੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਇਹ ਵਿਕਾਸ ਦੇ ਮੁੱਦੇ 'ਤੇ ਇਲੈਕਸ਼ਨ ਲੜ ਰਹੇ ਹਾਂ ਅਤੇ ਹੋਰ ਜੋ ਵੀ ਕੰਮ ਰਹਿੰਦੇ ਹੋਣਗੇ ਵਿਕਾਸ ਦੇ ਉਹ ਅਸੀਂ ਪੂਰੇ ਕਰਾਂਗੇ। ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ, ਪਹਿਰੇਦਾਰ ਟੀਵੀ।